ਕੇਜਰੀਵਾਲ ਸਾਹਿਬ ਨੇ ਪ੍ਰੋਮਿਸ ਕੀਤਾ ਸੀ ਕਿ ਮੈਂ ਪੰਜਾਬ ਨੂੰ ਪਾਣੀ ਦੀ ਬਣਦੀ ਕੀਮਤ ਦੇਵਾਂਗਾ। ਅੱਜ ਕੇਜਰੀਵਾਲ ਸਾਹਿਬ ਬੋਲਡ ਸਟੈਪ ਲੈਣ, ਉਹ ਦੇ ਦੇਣ ਪੰਜਾਬ ਨੂੰ ਪਾਣੀ ਦੀ ਕੀਮਤ, ਅਸੀਂ ਖੁਦ ਜਾ ਕੇ ਕੰਪੇਨ ਵੀ ਕਰਕੇ ਆਵਾਂਗੇ। ਅਜੇ ਤਾਂ ਤੁਸੀਂ ਲੋਕ ਇਨਸਾਫ ਪਾਰਟੀ ਦੇ ਮੁਖੀ ਸਿਮਰਜੀਤ ਸਿੰਘ ਬੈਂਸ ਵੱਲੋਂ ਅਰਵਿੰਦ ਕੇਜਰੀਵਾਲ ਦੇ ਪੱਖ ਵਿੱਚ ਚੋਣ ਪ੍ਰਚਾਰ ਕਰਨ ਦੀ ਗੱਲ ਸੁਣੀ ਹੈ, ਪਰ ਨਿਚੋੜ ਪੂਰੀ ਖਬਰ ਸੁਣ ਕੇ ਹੀ ਕੱਢਿਓ, ਕਿਉਂਕਿ ਸਿਮਰਜੀਤ ਸਿੰਘ ਬੈਂਸ ਨੇ ਅਰਵਿੰਦ ਕੇਜਰੀਵਾਲ ਨੂੰ ਪਾਣੀਆਂ ਦੀ ਕੀਮਤ ਮਾਮਲੇ 'ਤੇ ਸਟੈਂਡ ਸਪਸ਼ਟ ਕਰਨ ਲਈ ਆਖਿਆ। ਸਿਮਰਜੀਤ ਸਿੰਘ ਬੈਂਸ ਨੇ ਮੋਗਾ ਪਹੁੰਚ ਕੇ ਬਿਆਨ ਦਿੰਦੇ ਹੋਏ ਕਿਹਾ ਕਿ ਅਰਵਿੰਦ ਕੇਜਰੀਵਾਲ ਪਹਿਲਾਂ ਇਹ ਸਪਸ਼ਟ ਕਰੇ ਕਿ ਉਹ ਪੰਜਾਬ ਨੂੰ ਪਾਣੀਆਂ ਦੀ ਕੀਮਤ ਦੇਣਗੇ, ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀ ਕਿ ਉਹ ਦਿੱਲੀ ਦਾ ਮੁੱਖ ਮੰਤਰੀ ਬਣਨ ਤੋਂ ਬਾਅਦ ਪੰਜਾਬ ਨੂੰ ਬਣਦੀ ਪਾਣੀਆਂ ਦੀ ਕੀਮਤ ਦੇਣਗੇ। ਅਤੇ ਜੇਕਰ ਉਹ ਅਜਿਹਾ ਕਰਦੇ ਨੇ ਤਾਂ ਫਿਰ ਲੋਕ ਇਨਸਾਫ ਪਾਰਟੀ ਵੀ ਉਹਨਾਂ ਦੇ ਹੱਕ 'ਚ ਕੰਪੇਨ ਕਰੇਗੀ। ਹਾਂਜੀ, ਅਸੀਂ ਵੀ ਕੇਜਰੀਵਾਲ ਸਾਹਿਬ ਨੂੰ ਉਹਨਾਂ ਦੀ ਇਮਾਨਦਾਰੀ ਦਿੱਲੀ ਤੱਕ ਸੀਮਤ ਰਹੀ, ਪੰਜਾਬ ਦੇ ਵਿੱਚ ਆ ਕੇ ਉਹ ਵਿਕਰਮ ਮਜੀਠੀਆ ਜਿਹਨਾਂ ਨੂੰ ਕਾਲਰ ਤੋਂ ਫੜ ਕੇ ਉਹਨਾਂ ਨੇ ਜੇਲ੍ਹ ਦੇ ਵਿੱਚ ਬੰਦ ਕਰਨਾ ਸੀ, ਇੱਕ ਵਾਰੀ ਨਹੀਂ 100 ਵਾਰੀ ਕਹਾਂਗੇ, ਮਜੀਠੀਆ ਚਿੱਟਾ ਵੇਚਦਾ, ਪਰ ਉਹ ਮਾਫ਼ੀ ਦੇ ਗਏ ਸੀ, ਉਦੋਂ ਯੂ ਟਰਨ ਲੈ ਗਏ ਸੀ, ਕਲੀਨ ਚਿੱਟ ਦੇ ਗਏ ਸੀ ਮਾਫ਼ੀ ਮੰਗਦੇ ਹੋਏ। ਸਾਡੇ ਨਾਲ ਅਲਾਇੰਸ ਹੋਇਆ ਸੀ 2017 ਦੇ ਵਿੱਚ ਆਮ ਆਦਮੀ ਪਾਰਟੀ ਦਾ ਲੋਕ ਇਨਸਾਫ਼ ਪਾਰਟੀ ਦੇ ਨਾਲ। ਪਹਿਲੀ ਸ਼ਰਤ ਸੀਗੀ ਪੰਜਾਬ ਦੇ ਪਾਣੀਆਂ ਦੀ ਕੀਮਤ, ਦਿੱਲੀ ਨੂੰ ਵੀ ਸਾਡਾ ਪਾਣੀ ਜਾ ਰਿਹਾ ਪੰਜਾਬ ਤੋਂ, ਭਾਵਾਂ ਥੋੜ੍ਹਾ ਜਾ ਰਿਹਾ ਪਰ ਜਾ ਰਿਹਾ। ਕੇਜਰੀਵਾਲ ਸਾਹਿਬ ਨੇ ਪ੍ਰੋਮਿਸ ਕੀਤਾ ਸੀ ਵੀ ਮੈਂ ਪੰਜਾਬ ਨੂੰ ਪਾਣੀ ਦੀ ਬਣਦੀ ਕੀਮਤ ਦੇਵਾਂਗਾ। ਅੱਜ ਕੇਜਰੀਵਾਲ ਸਾਹਿਬ ਬੋਲਡ ਸਟੈਪ ਲੈਣ, ਉਹ ਦੇ ਦੇਣ ਪੰਜਾਬ ਨੂੰ ਪਾਣੀ ਦੀ ਕੀਮਤ, ਅਸੀਂ ਖੁਦ ਜਾ ਕੇ ਕੰਪੇਨ ਵੀ ਕਰਕੇ ਆਵਾਂਗੇ। ਅਸੀਂ ਪੰਜਾਬ ਦੇ ਹਕੂਕ ਵਾਸਤੇ ਹਾਂ। ਜਿਹੜਾ ਬੰਦਾ ਪੰਜਾਬ ਦੇ ਹਕੂਕ ਦੀ ਅਣਦੇਖੀ ਕਰੂਗਾ ਉਹ ਦੋਸਤ ਕਦੇ ਹੋ ਹੀ ਨਹੀਂ ਸਕਦਾ। ਸਾਡੀ ਰਾਜਨੀਤੀ ਸਿਰਫ ਪੰਜਾਬ ਦੇ ਅੰਦਰੋਂ ਕਰਪਸ਼ਨ ਤੇ ਲੂਟ ਮਾਫੀਆ ਸਮਾਪਤ ਕਰਕੇ ਚੰਗਾ ਸਿਸਟਮ ਲੈ ਕੇ ਆਉਣ ਦੀ ਰਾਜਨੀਤੀ। ਖੈਰ, ਅਰਵਿੰਦ ਕੇਜਰੀਵਾਲ ਵੱਲੋਂ ਸਿਮਰਜੀਤ ਸਿੰਘ ਬੈਂਸ ਦੇ ਇਸ ਬਿਆਨ ਦਾ ਜਵਾਬ ਦਿੱਤਾ ਜਾਂਦਾ ਜਾਂ ਫਿਰ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਮੋਗਾ ਤੋਂ ਸੰਜੀਵ ਅਰੋੜਾ, ਪੰਜਾਬੀ ਲੋਕ ਚੈਨਲ।